ਲੋ ਜੀ ਨੈਸ਼ਨਲ ਆਪਣਾ ਲਾਡੋਵਾਲ ਟੋਲ ਪਲਾਜ਼ਾ ਦੇਖਣੇ ਸਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਵਿਰਿੰਦਰ ਸਿੰਘ ਵਾਲੀਆ ਭਾਰਤੀ ਰਾਸ਼ਟਰੀ ਪਾਰਟੀ ਦਾ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹੂੰ ਮੈਨੂੰ ਇਹ ਇੱਥੇ ਮਹਿਸੂਸ ਹੋਇਆ ਹੈ ਕਿ ਇਹ ਇੱਕ ਜਨਤਾ ਦੇ ਪੈਸੇ ਦਾ ਲੁੱਟ ਦਾ ਸੈਂਟਰ ਬਣ ਗਿਆ ਇਹ ਸੁਵਿਧਾ ਇਹ ਚ ਪੈਸੇ ਦੀ ਵੀ ਕਿਸੇ ਨੂੰ ਨਹੀਂ ਮਿਲ ਰਹੀ ਔਰ ਲੋਕ ਉਲਟਾ ਪਰੇਸ਼ਾਨੀ 'ਚ ਪੈ ਰਹੇ ਹੋਏ ਇਸ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਇਹਨੂੰ ਬੰਦ ਕੀਤਾ ਜਾਵੇ ਦੇਖੋ ਅਸੀਂ ਇੱਥੇ ਆਏ ਹੋਏ ਹਾਂ ਲਾਡੋਵਾਲ ਟੋਲ ਪਲਾਜ਼ਾ ਦੇ ਲੋਕੀ ਕਹਿੰਦੇ ਵੀ ਇਹਨੂੰ ਬੰਦ ਕਰਨਾ ਚਾਹੀਦਾ ਮੇਰੇ ਨਾਲ ਹੋਰ ਭਾਈ ਸਾਹਿਬ ਵੀ ਖੜੇ ਨੇ ਇੱਧਰ ਆਓ ਜਨਾਬ ਤੁਸੀਂ ਵੀ ਇੱਥੋਂ ਲੰਘ ਰਹੇ ਸੀਗੇ ਤਾਂ ਤੁਸੀਂ ਕੀ ਚਾਹੁੰਦੇ ਹੈਗੇ ਤੁਸੀਂ ਬਾਹਰ ਵੀ ਰਹੇ ਹੋ ਯੂਕੇ ਵਗੈਰਾ 'ਚ ਰਹੇ ਹੋ ਉੱਥੇ ਵੀ ਜਾਣੀ ਗੱਡੀਆਂ ਵਗੈਰਾ ਟੋਲ ਪਲਾਜ਼ਾ ਨੇ ਇੱਥੇ ਦਾ ਕੀ ਸਿਸਟਮ ਆ ਹਾਂਜੀ ਦੇਖੋ ਇੱਥੇ ਹੁਣ ਅਸੀਂ ਸਾਰੇ ਆਪਣੀ ਟੀਮ ਆਈ ਹਾਂ ਅਤੇ ਜੋ ਕਿ ਬਾਹਰ ਬਾਹਰ ਮੈਂ ਫੋਰਨ ਕੰਟਰੀ ਦੇ ਵਿੱਚ ਰਿਹਾ ਹਾਂ ਕਾਫੀ ਟਾਈਮ ਪਰ ਉੱਥੇ ਇਹੋ ਜਿਹੀ ਲੁੱਟ ਸੁੱਟ ਨਹੀਂ ਦੇਖੀ ਅੱਜ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਥੇ ਪਹਿਲਾਂ ਐਂਬੂਲੈਂਸ ਨਹੀਂ ਸੀ ਹੁਣ ਇੱਕ ਖੜੀ ਆ ਐਡਾ ਵੱਡਾ ਹਾਈਵੇ ਆ ਸਿਰਫ ਇੱਕ ਐਂਬੂਲੈਂਸ ਅਤੇ ਇੰਨੇ ਵੱਡੇ ਹਾਈਵੇ ਦੇ ਵਿੱਚ ਸਿਰਫ ਇੱਕ ਐਂਬੂਲੈਂਸ ਇੱਥੇ ਰੱਖੀ ਇਹਨਾਂ ਨੇ ਅਤੇ ਨਾ ਕੋਈ ਇੱਥੇ ਇਹਨਾਂ ਨੇ ਉੱਪਰ ਲਿਖ ਕੇ ਲਾਇਆ ਵਾ ਕਿ ਜਿਹਦੇ ਲੋਕ ਇੱਥੋਂ ਲੰਘਣ ਉਹਨਾਂ ਦਾ ਸਾਹ ਥੱਲੇ ਆਵੇ ਕਿ ਟੂਲ ਟੈਕਸ ਪਾਉਣ ਨੂੰ ਕਿੰਨੇ ਸਾਰ ਰਹਿ ਗਏ ਆ ਕੁਛ ਲਿਖ ਕੇ ਇੱਥੇ ਸਕਰੀਨ 'ਤੇ ਹੋਣਾ ਚਾਹੀਦਾ ਵੀ ਸਟੈਪ ਬਾਈ 5 ਸਾਲ ਰਹਿ ਗਿਆ 4 ਸਾਲ ਰਹਿ ਗਿਆ 3 ਸਾਲ ਰਹਿ ਗਿਆ 2 ਸਾਲ ਰਹਿ ਗਿਆ ਅਸੀਂ ਸਾਰੀ ਟੀਮ ਆਪਣੀ ਸਾਰਾ ਆਪਣਾ ਮੰਗ ਪੱਤਰ ਲੈ ਕੇ ਸੋਮਵਾਰ ਨੂੰ ਐਨ ਐਚ 1 ਦੇ ਹਸਪੀਟਲ ਜੀ ਇਹਦਾ ਵੀ ਆਪਣੇ ਮੰਗ ਪੱਤਰ ਵੀ ਲੈ ਕੇ ਟੁਰੇ ਹੋਏ ਨੇ ਖੁੱਲਰ ਸਾਹਿਬ ਮੇਰੇ ਨਾਲ ਆ ਖੁੱਲਰ ਸਰ ਤੁਸੀਂ ਇੱਥੇ ਆਏ ਹੈਗੇ ਹੋ ਇਹ ਤੁਸੀਂ ਕਹਿੰਦੇ ਬੰਦ ਹੋਣਾ ਚਾਹੀਦਾ ਹੈਗਾ ਵਾ ਕਈ ਸਾਲ ਹੋ ਗਏ 20 ਸਾਲ ਹੋ ਗਏ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈਂ ਜੀ ਵਰਲਡ ਵਾਈਡਲੀ ਟਰੈਵਲਡ ਹਾਂ ਹਾਂਜੀ ਪਰ ਇਹੋ ਜਿਹਾ ਮਾਹੌਲ ਮੈਂ ਦੁਨੀਆ 'ਚ ਕਿਤੇ ਨਹੀਂ ਦੇਖਿਆ ਸੋ ਬੇਸਿਕਲੀ ਕਈ ਵਾਰੀ ਇੱਥੇ ਇੰਨੇ ਕੁ ਲੰਬੇ ਜਾਮ ਲੱਗੇ ਹੁੰਦੇ ਹੈ ਬੰਦੇ ਦੋ 3-3 ਘੰਟੇ ਫਸ ਜਾਂਦਾ ਹੈ ਦੀਸ ਥਿੰਗਸ ਸ਼ੁੱਡ ਬੀ ਸਟੋਪਡ ਬੇਸਿਕ ਫੈਸਿਲਿਟੀਜ਼ ਆਰ ਨੋਟ ਹੇਅਰ ਦੇਖੋ ਕਹਿੰਦੇ ਬੇਸਿਕ ਫੈਸਿਲਿਟੀ ਇੱਥੇ ਬਿਲਕੁਲ ਵੀ ਨਹੀਂ ਹੈਗੀ ਆਹ ਟੋਲ ਪਲਾਜ਼ਾ ਜਿਹੜਾ ਹੈਗਾ ਕਿੰਨੇ ਸਾਲਾਂ ਤੋਂ ਆਨਿਆਂ ਨੇ ਛੋਟੇ ਲੈ ਕੇ ਵੱਡੇ ਵੱਡੇ ਵੀ ਹੋ ਗਏ ਉਹਨਾਂ ਦੇ ਬੱਚੇ ਵੀ ਅੱਗੇ ਹੋ ਗਏ ਟੋਲ ਪਲਾਜ਼ਾ ਦਾ ਅਹੁਦੇ ਚੱਲੇ ਜਾਂਦੇ ਹੈਗਾ ਵਾ ਮੇਰੇ ਨਾਲ ਨਰੁੱਲਾ ਜੀ ਨੇ ਡਾਕਟਰ ਨਰੁੱਲਾ ਜੀ ਨੇ ਹਿਊਮਨ ਰਾਈਟ ਪ੍ਰੋਟੈਕਸ਼ਨ ਕੌਂਸਲ ਵੀ ਇਹਨਾਂ ਦੀ ਸਮਾਜ ਸੇਵਾ ਦੇ ਕੰਮ ਕਰਦੇ ਆ ਪਹਿਲੇ ਤੁਹਾਡੇ ਕਿਹੜੀ ਆ ਆਪਣਾ ਐਨਜੀਓ ਕਿਹੜੀ ਆ ਸਰ ਹਿਊਮਨ ਰਾਈਟ ਪ੍ਰੋਟੈਕਸ਼ਨ ਕੌਂਸਲ ਮੈਂ ਨੈਸ਼ਨਲ ਚੇਅਰਮੈਨ ਆ ਪਿਛਲੇ ਤਕਰੀਬਨ 2008 ਤੋਂ ਹਾਂਜੀ ਹਾਂਜੀ ਸਰ ਮੈਂ ਮੇਨ ਜਿਹੜੀ ਗੱਲ ਕਰਨਾ ਚਾਹੁੰਦਾ ਕਿ ਨੋਰਮਲੀ ਟੋਲ ਪਲਾਜ਼ੇ ਦੇ ਜਿਹੜੀ ਲੁੱਟ ਸਭ ਤੋਂ ਵੱਡੀ ਹੋ ਰਹੀ ਜਿਹੜੀ ਹਿੰਦੁਸਤਾਨ 'ਚ ਅੱਜ ਤੱਕ ਇਹਨੂੰ ਸਮਝ ਨਹੀਂ ਪਈ ਤੁਸੀਂ ਬਿਨਾਂ ਫਾਸਟ ਟੈਗ ਤੋਂ ਟੋਲ ਪਲਾਜ਼ੇ ਲੰਘ ਰਹੇ ਹੋ 300 ਰੁਪਏ ਆਉਣ ਦਾ 300 ਰੁਪਏ ਜਾਣ ਦਾ ਮਤਲਬ 600 ਰੁਪਏ ਦਿੰਦੇ ਹੋ ਅਗਰ ਤੁਸੀਂ ਫਾਸਟ ਟੈਗ ਨਾਲ ਆਉਂਦੇ ਹੋ ਤਾਂ ਇਹ ਕੀਮਤ ਅੱਧੀ ਹੋ ਜਾਂਦੀ ਹੈ ਇਹਦਾ ਕੀ ਮਤਲਬ ਇਹਦਾ ਮਤਲਬ ਕੀ ਹੈ ਕਿ ਜਿਹੜਾ 600 ਰੁਪਏ ਕੱਟਿਆ ਜਾਂਦਾ ਉਹ ਆਰਾਮ ਦਾ ਪੈਸਾ ਹੈ ਅਤੇ ਜਾਂ ਜਿਹੜਾ ਬਾਅਦ 'ਚ ਲਿਆ ਜਾਂਦਾ ਹੈ ਇਸਟੀਮੇਟ ਕਿਹਾ ਕਿ ਫਾਸਟ ਟੈਗ ਇਸ ਕਰਕੇ ਕੀਤਾ ਗਿਆ ਕਿ ਇਹਦੇ ਵਿਚਕਾਰ ਗੌਰਮੈਂਟਾਂ ਨੇ ਰਲ ਕੇ ਕਰੋੜਾਂ ਨਹੀਂ ਅਰਬਾਂ ਰੁਪਏ ਦੇ ਹੇਰ ਫੇਰ ਕੀਤੇ ਨੇ ਤੁਹਾਨੂੰ ਐਡਵਾਂਸ ਪੈਸੇ ਦੇਣੇ ਪੈਣੇ ਆ ਇੱਕ ਇੱਕ ਟੋਲ ਇੱਕ ਫਾਸਟ ਟੈਗ ਦੇ ਅਗਰ 1000 ਰੁਪਏ ਵੀ ਤੁਸੀਂ ਰੱਖਦੇ ਹੋ ਤਾਂ ਉਹਨੂੰ ਮਲਟੀਪਲਾਈ ਕਰਕੇ ਦੇਖਿਆ ਗਿਆ ਕਿੰਨੇ 1000 ਕਰੋੜ ਰੁਪਏ ਦਾ ਕਪਲਾ ਜਿਹੜਾ ਕਿ ਸਾਰੀਆਂ ਸਿਸਟਮ ਦੇ ਨਾਲ ਰਲ ਕੇ ਕੀਤਾ ਜਾ ਰਿਹਾ ਔਰ ਉਹ ਕਿੰਨੇ 1000 ਕਰੋੜ ਰੁਪਏ ਬਿਨਾਂ ਇੰਟਰਸਟ ਤੋਂ ਆਮ ਪਬਲਿਕ ਕੋਲੋਂ ਵਸੂਲਿਆ ਜਾ ਰਿਹਾ ਗੁੰਡਾਗਰਦੀ ਦੀ ਇੰਤਹਾ ਹੋ ਗਈ ਹੈ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਟੋਲ ਪਲਾਜ਼ੇ ਦੀ ਕੋਈ ਨਾ ਲਿਮਿਟ ਹੈ ਨਾ ਕੋਈ ਟਰਮ ਐਂਡ ਨਾ ਕੰਡੀਸ਼ਨ ਹੈ ਅਗਰ ਟੋਲ ਪਲਾਜ਼ਾ 10 ਮਿੰਟ ਲਈ ਬੰਦ ਹੋ ਜਾਂਦਾ ਹੈ ਤਾਂ ਟੋਲ ਪਲਾਜ਼ਾ ਵਕਤ ਪੈ ਜਾਂਦਾ ਲੇਕਿਨ ਸਹੂਲਤਾਂ ਦੇ ਨਾਂ ਤੇ ਬਿਲਕੁਲ ਜ਼ੀਰੋ ਆ ਲੋਕ ਮਰ ਰਹੇ ਨੇ ਇਸੇ ਰੋਡ ਦੇ ਅੱਜ ਤੋਂ 4 ਦਿਨ ਪਹਿਲਾਂ ਗੱਡੀਆਂ ਸੜ ਗਈਆਂ ਨੇ ਕੋਈ ਸਹੂਲਤ ਨਹੀਂ ਦਿੱਤੀ ਕੋਈ ਕੁਛ ਨਹੀਂ ਕੀਤਾ ਗਿਆ ਮੇਰੀ ਇਹੀ ਹੈ ਕਿ ਤੁਸੀਂ ਅਗਰ ਰੋਡ ਬਣਾ ਰਹੇ ਬਹੁਤ ਅੱਛੀ ਗੱਲ ਹੈ ਜਾਂ ਤਾਂ ਤੁਸੀਂ ਗੱਡੀਆਂ ਦੇ ਰੋਡ ਟੈਕਸ ਲੈਣੇ ਬੰਦ ਕਰ ਦਿਓ ਜਾਂ ਤੁਸੀਂ ਟੋਲ ਬੰਦ ਕਰ ਦਿੱਤਾ ਜੇ ਜੇ ਰੋਡ ਟੈਕਸ ਵੀ ਗੱਡੀ ਦੇ ਦਿੰਦੇ ਆ ਟੋਲ ਟੈਕਸ ਵੀ ਅਸੀਂ ਆਪ ਦਿੰਦੇ ਹਾਂ ਸਾਰਾ ਕੁਝ ਦੇਣਾ ਅਤੇ ਗੌਰਮੈਂਟ ਕਿਸ ਚੀਜ਼ ਲਈ ਗੌਰਮੈਂਟ ਕੀ ਗੱਲ ਸਾਡੇ ਟੈਕਸਾਂ ਦੇ ਬਲਣ ਲਈ ਹੈ ਦੇਖੋ ਇਹਨਾਂ ਨੇ ਗੱਲ ਜਿਹੜੀ ਕੀਤੀ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੇਰਾ ਇਹ ਕਹਿਣਾ ਜੀ ਦੇਖੋ ਹਰ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਬਣਦਾ ਉਹਦੀ ਵੈਲਿਊਏਸ਼ਨ ਨਿਕਲਦੀ ਹੈ ਉਸ ਤੋਂ ਬਾਅਦ ਉਹ ਟੈਂਡਰ ਦਿੱਤਾ ਜਾਂਦਾ ਹੁੰਦਾ ਠੇਕੇਦਾਰ ਕਿੰਨੇ ਦੇਰ 'ਚ ਇਹਨੂੰ ਰਿਕਵਰੀ ਕਰੇਗਾ ਇੱਥੇ ਕੋਈ ਵੀ ਚੀਜ਼ ਦੀ ਇੰਡੀਕੇਸ਼ਨ ਨਹੀਂ ਹੈ ਕਿ ਕਦੋਂ ਟੈਂਡਰ ਮਿਲਿਆ ਕਦੋਂ ਬਣਿਆ ਔਰ ਕਦ ਕਿੰਨੇ ਦੇਰ ਤੱਕ ਇਹ ਠੇਕੇ ਨੂੰ ਠੇਕੇਦਾਰ ਨੂੰ ਠੇਕਾ ਚੱਲੇਗਾ ਮੇਰਾ ਖਿਆਲ ਹੈ ਇਹਨੂੰ ਪਾਣੀ ਪੱਤ ਵੇਲੇ ਜਦੋਂ ਚਾਲੂ ਹੋਇਆ ਸੀ 40 ਸਾਲ ਹੀ ਹੋ ਗਏ ਕਈ ਤਾਂ MLA ਨੂੰ ਪਤਾ ਸੀਗਾ ਉਹ ਮੈਂ ਕਿਹਾ ਦਿੱਲੀ ਤੋਂ ਜਦੋਂ ਚਾਲੂ ਹੋਇਆ ਸੀ 40 ਸਾਲ ਹੋ ਗਏ ਉਹਨੇ ਛੋਟੇ ਛੋਟੇ ਸੀ ਜਿਹੜੇ ਵੇਖਿਆ ਸੀ ਅਸੀਂ ਮੈਂ ਕਿਹਾ ਅੱਜ ਤੱਕ ਮੰਨੀ ਜਾ ਰਿਹਾ ਇਹ ਅਜੇ ਵੀ ਪੂਰਾ ਨਹੀਂ ਹੋਇਆ ਹੈਗਾ ਕਿਸੇ ਨਾ ਕਿਸੇ ਓਵਰਬ੍ਰਿਜ ਬਣਾਇਆ ਜਾ ਰਿਹਾ ਮੇਰੇ ਨਾਲ ਤੀਰਥ ਗਰੇਵਾਲ ਜੀ ਨੇ ਅਤੇ ਉਹ ਜਿਹੜਾ ਇਸ ਸਮੇਂ ਬੀਜੀ ਨੇ ਮੈਂ ਜਿਹੜੀ ਗੱਲ ਕਰ ਰਿਹਾ ਹੈਗਾ ਵਾ ਜਿਹੜੀ ਪਬਲਿਕ ਦੇ ਵਿੱਚ ਗੱਲ ਕੀਤੀ ਹੈਗੀ ਆ ਉਹਨਾਂ ਨੇ ਬੜੇ ਯਾਨੀ ਕਿ RTI ਦੇ ਵਿੱਚ ਜਾਂ ਹੋਰ ਬੜੀਆਂ ਐਪਲੀਕੇਸ਼ਨਾਂ ਦਿੱਤੀਆਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਫਿਰ ਦੱਸਾਂਗੇ ਪਰ ਜਿਹੜੇ ਹੁਣ ਪਬਲਿਕ ਇੱਥੇ ਖੜੇ ਆ ਜਾਂ ਜਿਹੜੇ ਇੱਥੇ ਬੰਦੇ ਹੋਰ ਆਏ ਨੇ ਜਿਹੜੇ ਜਿਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਹੈਗਾ ਕਿ ਬਿਲਕੁਲ ਇਲੀਗਲ ਆ ਇੱਥੇ ਚੱਕਿਆ ਜਾਣਾ ਚਾਹੀਦਾ ਟੋਲ ਪਲਾਜ਼ਾ ਇਹ ਇਲੀਗਲ ਹੈਗਾ ਵਾ ਲੋਕਾਂ ਦਾ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਅਤੇ ਹੋਰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਸਰ 400 ਕੁਛ ਕਰੋੜ ਰੁਪਏ ਅੱਜ ਤੋਂ ਤਕਰੀਬਨ 2016 ਦੇ ਵਿਚਕਾਰ ਦੱਸਿਆ ਗਿਆ ਔਰ ਇਹ ਨਹੀਂ ਦੱਸਿਆ ਗਿਆ ਕਿ 400 ਕਿੰਨੇ ਕਰੋੜ ਰੁਪਏ ਇੱਕ ਹਫ਼ਤੇ ਦੀ ਕਲੈਕਸ਼ਨ ਆ ਇੱਕ ਮਹੀਨੇ ਦੀ ਇੱਕ ਸਾਲ ਦੀ ਇੱਕ ਟਿੱਲ ਦੀ ਹੈਗੀ ਸਿਰਫ ਅੱਜ ਤੱਕ ਇੱਕੋ ਇਨਫੋਰਮੇਸ਼ਨ ਦਿੱਤੀ ਗਈ ਕਦੀ ਵੀ ਕੋਈ ਇਨਫੋਰਮੇਸ਼ਨ ਦਿੱਤੀ ਗਈ ਕਿ ਕਿੰਨੀ ਕਲੈਕਸ਼ਨ ਹੈ ਕੀ
की एजेंसियां नूं पे हुंदा की अलाटियां नूं पे हुंदा इहदा मतलब है कि एड्डा वड्डा गुरकत हुंदा है जिहदे च हजारां करोड़ां रुपए आम पब्लिक दे टैक्स दे जिहड़े वसूले जांदे ने और शरिया में इसनूं गुंडागर्दी कही जाए कि इस तों अलावा होर कोई कुछ नहीं करदा। सानूं सूत्रां तों पता लग्गा कि 70 लख दा रोज दा जाने कि तों कलैक्शन करनी हैगी ठेकेदारां ने सरकार नूं देने हुंदे हैगे उहनूं चाहे 40 लख बणन चाहे 30 लख बणन घटे जां जां वधे जां ठेका तां भाई बड़ा वड्डा हैगा वा बड़े बड़े बंदे करते हैं बड़े ठेकों का काम साढ़े वर्ग थोड़ी कर सकते हैं। नहीं नहीं दो चीज़ें हैं ठेके जो है डमी लोग ने असल गवर्नमेंट के अपने करेंदे ने अपने पॉलिटिशियन बैठे ने उन्हें अपने डमी कंपनियां बना कीतियां ने जिहड़ियां असी हुण मेरे वड्डे वीर गरेवाल साहब ने बेनती की थी कि असी मान जो मुख्यमंत्री साहब नूं कहिंदे आ कि हाईकोर्ट जाण अगर वो नहीं हाईकोर्ट जाणगे असी ह्यूमन राइट काउंसल वालों गरेवाल साहब वालों असी 4 दिन बाद असी हाईकोर्ट जाब रिट पिटीशन लगावांगे। असी साडी पहल कोशिश यही है कि मुख्यमंत्री साहब जिहड़े कि कहिंदे कि मैं पंजाब च बदलाव लिया रहा इस तों पहलां कोई कैलिफोर्निया जां पैरिस बना रहे थे इन्होंने हुण कहा कि मैं पंजाब च बदलाव लियावांगे जे बदलाव लिया रहे ने तो फिर 2 दिन कम लगते हैं 2 दिन की रिट बना हाईकोर्ट च लगा सीनियर एडवोकेट उन्होंने को पैसे की इन्हों को कमी नहीं ताकत की कोई कमी नहीं एक नीयत की प्रॉब्लम है अज तक यही कहते रहे कि जिन्हें भी पॉलिटिशियन आए हैं उन्होंने को नीयत साफ नहीं उन्होंने नीयत कमी तो मैं ओपनली चैलेंज करता क्या भगवंत मान जी तुम सीनियर हो इस लाइन के उतरे हुए तुम जमीन चो जुड़े हुए हैं तुम जो वाकई इस मैटर लिए सीरीयस हो तो सोम मंगलवार की रिट पटीशन लगाओ मटीरियल सारा जो तुहाडे कोल कोई कागज पत्र घटता है असीं तुहानूं पूरा करके दिंदे आ तुसीं कराओ नहीं तो नैक्सट वीक असीं आप रिट पटीशन कीते मेरे बाद जी दसंगे जिहड़ी रिट हुण माड़ी जी तुसीं कैमरा ओह सामने लगाओ ओह सामने लगाओ कैमरा उत्थे लड़ाई हो गई है। हाँ जी हाँ जी सिर्फ गल की है कि एक ट्रैक्टर ट्राली वाले ते बस वाले दे विच लड़ाई हो गई है हुण इत्थे पूरा जिहड़ी हैगी हुण इत्थे घमासान हो जाणा इहदे विच टोल प्लाजे वाले की करन इत्थे कोई पुलिस पोस्ट नहीं हैगी पुलिस पोस्ट क्यों नहीं हैगी क्योंकि जगह तो हैगी है पंजाब दी लेकिन पंजाब दे विच हाईवे पंजाब दा नहीं हैगा किन्हां दा जी इह नैशनल हाईवे दा वा उन्होंने एक्वायर कर लिया वा। अच्छा ठीक है जी दूजी गल बसा सरकारी फ्री ने लेडीज़ वास्ते ठीक है जी लेकिन उन्होंने भी अपना पास बना के जाना पैंदा ठीक है जी पहला इत्थे प्राइवेट बसा की बड़ी गुंडागर्दी चलती सी हुण इह सरकार च नहीं चल रही लेकिन गल है कि यह सब हो ही क्यों रहा ये टोल प्लाजा इत्थे होना ही नहीं चाहिदा। दो होर हाईवे निकल रहे हैं एक जम्मू कटरा निकल रहे दिल्ली एक इतों की चंडीगढ़ अपने रूपनगर निकल रहे वा उहदा किन्ना टोल होगा कुछ पता नहीं ठीक है जी। आ पिछे एक होर इन्होंने बाईपास सदन बाईपास का बनाया उत्थे टोल प्लाजा लग्या होया वा किनू दिता की किया कुछ नहीं पता असी अपनी पूरी इन्फॉर्मेशन लैके आए हैं जिन्हें पेट्रोल पंप आए इस हाईवे के उत्ते उन्हों ना उतरन ना चढ़न वास्ते कोई राह है नहीं जिन्हें इंस्टीट्यूट आ उतरन तो चढ़न वास्ते राह है नहीं ये NHAI की जिम्मेवारी नहीं बनती कि 2020 जेडे इन्होंने अपने इंस्ट्रक्शन कड़िया ने कि कहते हाईवे ते रोड उन्होंने अथॉरिटी ने कि भाई आ 2.5-2.5 लाख रुपया जोड़ा है वा वो इन्होंने फीस तय की जी आ फीसा ने ते फीस दे के तुसी 15 साल वास्ते हाईवे के चढ़न तो उतरन का थोनू राइट मिल जाता ठीक है लेकिन मैं एक गल शर्तिया कहना तुसी जलंधर तो लैके तुसी चले जाओ जी पानी अपने अपने सिंघू बॉर्डर शंभू बॉर्डर तक मैं कहना पटियाले जे तुसी गड्डी मोड़ दो ना जे उत्थे चलान कट्टन लग जाण तां अद्धा बंदा पटियाले नहीं जा सकता क्योंकि रोंग साइड जाना पैंदा ठीक है जी। आ हुण भी देख लो पूरा जाम लग गया लड़ाई हो गई उत्थे और ट्रैक्टर वाले हरियाली बस वाली की हुई है ठीक है जी। असी क्यों इतने लड़ रहे हैं क्यों एवं ये सब कुछ हो रहा जो हरेक चीज़ वास्ते रूल्स एंड रेगुलेशन है NHAI एक ऑटोनोमस बॉडी आ लेकिन ऑन दी द रोड मिनिस्ट्री के अंडर ही है हाईवे मिनिस्ट्री के अंडर ही है वो हाईवे मिनिस्ट्री के क्यों नहीं फॉलो कर रहे वो क्यों नहीं जाके लोगों दस रहे कि जेडे 10 से 20 किलोमीटर अंदर कि शहर आता कि पिंड आता इतने लिस्ट लाउन कि आ 10 किलोमीटर अंदर शहर आता आ 20 किलोमीटर अंदर शहर आता पिंड आते हैं थोड़ा जोड़ा पास वह बनूगा घट्टो घट बई जी 2-3 लख बंदा ये अंडर आता वा हूँ 2-3 लख बंदा इतने पास किमें बनाऊगा कि ज़्यादा लुट हो रही है ये क्यों नहीं कैंप लाते आ इतने सिर्फ एक छोटा जहा खोखा वा उ जाके बंद अपना बनाना पैंता पास ऑनलाइन क्यों नहीं करता हाँ फास्टैग तो प्राइवेट आ लेकिन जी सहूलत देनी आ पब्लिक ने 100 डंडे ते 100 गंडे खाने हैं शायद कुछ हो जाए ठीक है इस करके सोच बदलो समाज बदलेगा। धन्यवाद। थैंक यू।